ਹੁਣ ਅਸੀਂ ਜਦੋਂ ਕਿਸੇ ਨੂੰ ਅੰਨਾ ਕਵਾਂਗੇ ਤੇ ਕੀ ਵੇਖ ਕੇ ਕਵਾਂਗੇ? ਅਸੀਂ ਇਹ ਵੇਖਾਂਗੇ ਜੀ ਇਹਦੀਆਂ ਨਾ ਸਰੀਰ ਵਾਲੀਆਂ ਦੋ ਅੱਖਾਂ ਨਹੀਂ ਹੈਗੀਆਂ ਤੇ ਲੋਕਾਂ ਨੇ ਇਹਨੂੰ ਅੰਨਾ ਕਹਿਣਾ ਸ਼ੁਰੂ ਕਰ ਦਿੱਤਾ। ਪਰ ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜਿਹੜੀ ਇੱਥੇ ਵਿਚਾਰ ਦਿੱਤੀ ਹੈ ਨਾ ਉਹ ਬੜੀ ਪਿਆਰੀ ਹੈ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਵਾਕ ਹੈ, ਪਾਤਸ਼ਾਹ ਕਹਿੰਦੇ ਵੀ ਅੰਨੇ ਉਹਨਾਂ ਨੂੰ ਨਹੀਂ ਕਿਹਾ ਜਾਂਦਾ ਜਿਨ੍ਹਾਂ ਦੇ ਮੁੱਖ ਦੇ ਉੱਤੇ ਅੱਖਾਂ ਨਹੀਂ ਹੈਗੀਆਂ। ਵੈਸੇ ਸਾਰੇ ਦਾ ਸਾਰਾ ਸੰਸਾਰ ਜਿਹੜਾ ਉਹ ਉਸੇ ਨੂੰ ਅੰਨਾ ਕਹਿ ਰਿਹਾ ਜਿਹਦੀਆਂ ਮੁੱਖ ਦੇ ਉੱਤੇ ਦੋ ਅੱਖਾਂ ਨਾ ਹੋਣ, ਜਿਹੜਾ ਇਹਨਾਂ ਨੇਤਰਾਂ ਦੇ ਨਾਲ ਵੇਖ ਨਾ ਸਕਦਾ ਹੋਵੇ ਉਹਨੂੰ ਅੰਨਾ ਕਹਿ ਦਿੱਤਾ ਜਾਂਦਾ। ਪਰ ਗੁਰਬਾਣੀ ਇਸ ਗੱਲ ਨਾਲ ਸਹਿਮਤ ਨਹੀਂ, ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਇਸ ਗੱਲ ਨਾਲ ਸਹਿਮਤ ਨਹੀਂ। ਗੁਰੂ ਅੰਗਦ ਸਾਹਿਬ ਜੀ ਕਹਿੰਦੇ ਨੇ ਅੰਧੇ ਇਹ ਨਾ ਆਖੀਐ ਜਿਨ ਮੁੱਖ ਲੋਇਣ ਨਾਹੀ। ਕਹਿੰਦੇ ਵੀ ਅੰਨੇ ਉਹਨਾਂ ਨੂੰ ਨਹੀਂ ਆਖਿਆ ਜਾਂਦਾ ਜਿਨ੍ਹਾਂ ਦੇ ਮੁੱਖ ਦੇ ਉੱਤੇ ਅੱਖਾਂ ਨਹੀਂ ਹੈਗੀਆਂ। ਫਿਰ ਪਾਤਸ਼ਾਹ ਜੀ ਅੰਨੇ ਕੌਣ ਨੇ ਉਹ ਵੀ ਤੁਸੀਂ ਦੱਸ ਦਿਓ। ਤੇ ਸਤਿਗੁਰੂ ਨੇ ਬਾਣੀ ਦੇ ਵਿੱਚ ਜਵਾਬ ਦਿੱਤਾ, ਅੰਧੇ ਸੇਈ ਨਾਨਕਾ ਖਸਮੋ ਕੁੱਥੇ ਜਾਹੇ। ਅਸਲ ਦੇ ਵਿੱਚ ਅੰਨੇ ਕੌਣ ਨੇ? ਜਿਹੜੇ ਖਸਮ ਦੇ ਨਾਲੋਂ ਰੱਬ ਦੇ ਨਾਲੋਂ ਟੁੱਟੇ ਹੋਏ ਨੇ, ਜਿਹੜੇ ਰੱਬ ਦੀ ਵਿਚਾਰਧਾਰਾ ਤੋਂ ਮੁਨਕਰ ਹੋ ਗਏ ਨੇ, ਰੱਬ ਦੇ ਅਕੋਰਡਿੰਗ ਆਪਣੀ ਜ਼ਿੰਦਗੀ ਨੂੰ ਨਹੀਂ ਬਤੀਤ ਕਰਦੇ, ਗੁਰਬਾਣੀ ਨੇ ਅਸਲ ਦੇ ਵਿੱਚ ਉਹਨਾਂ ਨੂੰ ਅੰਨਾ ਆਖਿਆ। ਹੁਣ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜਦੋਂ ਪੜ੍ਹਦੇ ਹੋ, ਤੁਸੀਂ ਨੋਟ ਕੀਤਾ ਹੋਵੇਗਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ 15 ਭਗਤ ਸਾਹਿਬਾਨ ਦੀ ਬਾਣੀ ਵੀ ਦਰਜ ਹੈ। ਟੋਟਲ 35 ਮਹਾਂਪੁਰਖ ਨੇ ਅਤੇ 35 ਮਹਾਂਪੁਰਖਾਂ ਦੇ ਵਿੱਚੋਂ 15 ਨੇ ਜਿਹੜੇ ਉਹ ਭਗਤ ਸਾਹਿਬਾਨ ਨੇ। ਹੁਣ ਜਿਹੜੀ ਉਹਨਾਂ ਭਗਤ ਸਾਹਿਬਾਨ ਦੀ ਬਾਣੀ ਹੈ, ਉਹਨਾਂ 15 ਭਗਤ ਸਾਹਿਬਾਨਾਂ ਦੇ ਵਿੱਚੋਂ ਇੱਕ ਭਗਤ ਦਾ ਨਾਮ ਹੈ ਭਗਤ ਸੂਰਦਾਸ ਜੀ। ਇਤਿਹਾਸ ਕਹਿੰਦਾ ਹੈ ਕਿ ਸਰੀਰਕ ਤੌਰ ਦੇ ਉੱਤੇ ਉਹਨਾਂ ਦੀਆਂ ਅੱਖਾਂ ਜਿਹੜੀਆਂ ਸੀ ਉਹ ਨਹੀਂ ਸੀ ਹੈਗੀਆਂ। ਪਰ ਗੌਰ ਕਰਿਓ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਸੂਰਦਾਸ ਜੀ ਦੀ ਕੇਵਲ ਇੱਕ ਤੁੱਕ ਹੈ, ਪੂਰਾ ਸ਼ਬਦ ਵੀ ਨਹੀਂ ਹੈਗਾ, ਕੇਵਲ ਇੱਕ ਤੁੱਕ। ਛਾਟ ਮਨ ਹਰ ਬੇਮੁੱਖਨ ਕੋ ਸੰਗ। ਹੁਣ ਸਰੀਰਕ ਤੌਰ ਦੇ ਉੱਤੇ ਉਹਨਾਂ ਦੀਆਂ ਅੱਖਾਂ ਨਹੀਂ ਹੈਗੀਆਂ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਬਾਣੀ ਦਰਜ ਹੈ, ਭਾਵੇਂ ਉਹ ਕੇਵਲ ਇੱਕ ਪੰਕਤੀ ਹੈ, ਪਰ ਸੱਚ ਕਰਕੇ ਜਾਣਿਓ ਮੇਰੇ ਵਰਗਾ ਜਿਹੜਾ ਅੰਨਾ ਮਨੁੱਖ ਹੈ ਨਾ, ਜਿਹੜਾ ਖਸਮ ਦੇ ਨਾਲ ਉਹ ਟੁੱਟਾ ਹੋਇਆ, ਉਹ ਇੱਕ ਪੰਕਤੀ ਦੇ ਅੰਦਰ ਵੀ ਇੰਨੀ ਤਾਕਤ ਹੈ ਕਿ ਮੈਨੂੰ ਵੀ ਅੰਨੇ ਤੋਂ ਉਹ ਪੰਕਤੀ ਸੁਜਾਖਾ ਬਣਾ ਸਕਦੀ ਹੈ। ਉਹ ਪੰਕਤੀ ਮੇਰੇ ਵਰਗੇ ਅੰਨੇ ਨੂੰ ਸੁਜਾਖਾ ਬਣਾ ਸਕਦੀ ਹੈ, ਮੈਨੂੰ ਨੇਤਰ ਦੇ ਸਕਦੀ ਹੈ ਜਿਹਦੇ ਨਾਲ ਮੈਂ ਇਸ ਸੰਸਾਰ ਨੂੰ ਸਮਝ ਸਕਦਾ, ਆਪਣੇ ਜੀਵਨ ਨੂੰ ਸਮਝ ਸਕਦਾ, ਮੇਰੀ ਜ਼ਿੰਦਗੀ ਦੇ ਅੰਦਰ ਕਿਹੜੀਆਂ ਕਿਹੜੀਆਂ ਕਮਜ਼ੋਰੀਆਂ ਨੇ ਮੈਂ ਉਹਨਾਂ ਵਿਚਾਰਾਂ ਨੂੰ ਸਮਝ ਸਕਦਾ, ਇਹ ਬਖਸ਼ਿਸ਼ ਮੇਰੇ ਉੱਤੇ ਕਰ ਸਕਦੀ ਹੈ ਅਤੇ ਉਹ ਸੱਚੇ ਮਾਲਕ ਦੀ ਬਾਣੀ ਕਰ ਸਕਦੀ ਹੈ। ਅਤੇ ਗੌਰ ਕਰਿਓ, ਹੁਣ ਜਦੋਂ ਭਗਤ ਸੂਰਦਾਸ ਜੀ ਦੀ ਆਪਾਂ ਗੱਲ ਕਰਦੇ ਹਾਂ, ਭਗਤ ਸੂਰਦਾਸ ਜੀ ਦੀਆਂ ਸਰੀਰਕ ਤੌਰ ਦੇ ਉੱਤੇ ਅੱਖਾਂ ਨਹੀਂ ਹੈਗੀਆਂ, ਤੁਸੀਂ ਗੌਰ ਕਰੋ ਇੱਕ ਹੋਰ ਗੱਲ, ਤੁਸੀਂ ਦਰਬਾਰ ਸਾਹਿਬ ਦੇ ਵਿੱਚ ਕਈ ਕੀਰਤਨੀਏ ਵੀ ਐਸੇ ਵੇਖੇ ਹੋਣਗੇ ਜਿਹੜੇ ਕਿੰਨਾ ਕਿੰਨਾ ਚਿਰ ਦਰਬਾਰ ਸਾਹਿਬ ਕੀਰਤਨ ਕਰਦੇ ਰਹੇ, ਪਰ ਸਰੀਰਕ ਤੌਰ ਦੇ ਉੱਤੇ ਉਹਨਾਂ ਦੀਆਂ ਅੱਖਾਂ ਨਹੀਂ ਹੈਗੀਆਂ। ਪਹਿਲਾਂ ਵੀ ਇਸ ਤਰ੍ਹਾਂ ਦੇ ਕੀਰਤਨੀਏ ਹੈਗੇ ਸੀ ਅਤੇ ਅੱਜ ਵੀ ਹੈਗੇ ਨੇ, ਤੁਸੀਂ ਕਦੀ ਧਿਆਨ ਦਿੱਤਾ? ਹੁਣ ਦਰਬਾਰ ਸਾਹਿਬ ਜਦੋਂ ਕੋਈ ਕੀਰਤਨ ਕਰਦਾ ਅਤੇ ਉੱਥੇ ਇਹੋ ਜਿਹਾ ਰਿਵਾਜ਼ ਤਾਂ ਨਹੀਂ ਨਾ ਵੀ ਮੋਬਾਈਲ ਖੋਲ੍ਹ ਕੇ ਅੱਗੇ ਰੱਖ ਲਿਆ ਜਾਂ ਡੈਰੀ ਦੇ ਉੱਤੇ ਸ਼ਬਦ ਲਿਖ ਕੇ ਅੱਗੇ ਰੱਖ ਲਿਆ? ਉੱਥੇ ਜਿਨ੍ਹਾਂ ਦੀਆਂ ਅੱਖਾਂ ਵੀ ਹੈਗੀਆਂ ਨੇ ਉਹ ਵੀ ਇਹ ਕੰਮ ਨਹੀਂ ਕਰ ਸਕਦੇ। ਅਤੇ ਕਦੀ ਧਿਆਨ ਦਿਓ ਵੀ ਅੱਜ ਕੱਲ੍ਹ ਤਾਂ ਇੱਦਾਂ ਦਾ ਰਿਵਾਜ਼ ਚੱਲ ਪਿਆ ਨਾ, ਅੱਜ ਸ਼ਬਦ ਕੰਠ ਨਹੀਂ ਕਰਦਾ ਜਿਹੜਾ ਸਾਡਾ ਕੀਰਤਨੀਆ ਵੀਰ ਹੈ। ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਬਹੁਤ ਸਾਰੇ ਨੇ ਜਿਨ੍ਹਾਂ ਨੂੰ ਕੰਠ ਹੁੰਦੇ ਨੇ ਸ਼ਬਦ, ਪਰ ਬਹੁਤ ਸਾਰੇ ਐਸੇ ਵੀ ਨੇ ਕਿ ਜਿਹੜੇ ਸ਼ਬਦ ਕੰਠ ਨਹੀਂ ਕਰਦੇ, ਮੋਬਾਈਲ ਦੇ ਉੱਤੇ ਕੱਢ ਲੈਣਗੇ ਜਾਂ ਕਿਸੇ ਡੈਰੀ ਦੇ ਉੱਤੇ ਕਿਸੇ ਕਾਰਡ ਦੇ ਉੱਤੇ ਉਹ ਸ਼ਬਦ ਲਿਖਿਆ ਹੁੰਦਾ। ਪਰ ਧਿਆਨ ਦਿਓ ਵੀ ਜਿਸ ਮਨੁੱਖ ਦੀਆਂ ਸਰੀਰਕ ਤੌਰ ਦੇ ਉੱਤੇ ਅੱਖਾਂ ਹੀ ਨਹੀਂ ਹੈਗੀਆਂ, ਮੋਬਾਈਲ ਰੱਖਣ ਵਾਲਾ ਕੰਮ ਜਾਂ ਡੈਰੀ ਰੱਖਣ ਵਾਲਾ ਕੰਮ ਤਾਂ ਉਹ ਕਰ ਹੀ ਨਹੀਂ ਸਕਦਾ। ਹੁਣ ਜਿਹਨੇ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਕਰਨਾ, ਤੁਸੀਂ ਆਪੇ ਅੰਦਾਜ਼ਾ ਲਾਓ ਅੱਖਾਂ ਨਹੀਂ ਹੈਗੀਆਂ। ਕਦੀ ਇਹਨਾਂ ਅੱਖਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਉਹਨਾਂ ਨੇ ਵੇਖਿਆ ਵੀ ਨਹੀਂ ਹੋਣਾ।
पर किन्ने किन्ने शब्द कंठ ने उन्होंने, किन्ने किन्ने शब्द कंठ ने उन्होंने, कंठ है ने तो ताइयों कीर्तन करते पे ने ना उत्थे, किन्ने किन्ने शब्द कंठ ने। हुण जदों मैं एहो जिहियां शख्सियतां दे नाल अपने आप नूं मिल के वेखदा वां ना, तो तुसीं भी कदी मिल के वेखियो अपने आप नूं, भी अगलियां दियां अखां नहीं हैगियां पर फिर भी उन्हां नूं किन्नी किन्नी गुरबाणी कंठ है, मेरे वर्गे दियां जिहदियां शरीरक तौर ते अखां भी हैगियां ने, मैनूं ते जपजी साहब भी चेते नहीं हुंदा। लाओ जरा अपने अपना अंदाजा लाओ जरा, मैनूं ते जपजी साहब भी कंठ नहीं हुंदा, मैनूं ते सोधर दे नौ शब्द भी कंठ नहीं हुंदे, मैनूं ते सोहला बाणी दे पंज शब्द भी कंठ नहीं हुंदे, मैनू तो यह नहीं पता श्री राग का पहला शब्द केड़ा है, दूजा शब्द केड़ा है, गुरु ग्रंथ साहब दे विच किन्ने राग ने, किन्नियां महापुरखां दी बाणी है, उन्हां विचों गुरु किन्ने ने, भगत किन्ने ने, गुरसिख किन्ने ने, पाठ साहिबान किन्ने ने, मेरे वर्गे नूं तो कोई जानकारी नहीं। जिन्हां दियां शरीरक तौर पर अखां नहीं हैगियां उन्हां ने बहुत कुछ कंठ कर लिया, उन्हां नूं बहुत कुछ पता है, पर मेरे वर्गा जिहड़ा कहिंदा मेरे कोल अखां हैगियां ने, मैं सुजाखा हाँ, मैं वेख सकदा वां, ते इन्हां अखां नाल दुनिया दा वैसे बंदे ने बहुत कुछ वेख्या, पर सच करके जाणियो गुरु ग्रंथ साहिब नूं वेख्या ते है, पर केवल बाहरले तौर दे उत्ते वेख्या। आपां कहिंदे ना गुरु दे दर्शन करने, आपां दर्शन दा मतलब की लैंदे आ, वी घरों आए गुरद्वारा साहब, जदों गुरद्वारा साहब आए इत्थे खड़ गए, 10 दा 50 दा 100 दा नोट अगे रखिया, दोवें हाथ जोड़ के मत्था टेकिया, कड़ाह प्रसाद लिया ते घर नूं चल गए। किसी ने पुछिया कित्थे गए सी, गुरद्वारे गए सी जी गुरु ग्रंथ साहब दे दर्शन करन वास्ते। आपां ते इही कहिंदे आ वी गुरद्वारे गए सी गुरु ग्रंथ साहब दे दर्शन करन वास्ते, पर जिहड़ी गल असीं आखी वी असीं गुरु ग्रंथ साहिब दे दर्शन करन वास्ते गए सी, जे गुरु ग्रंथ साहिब कोलों पुछीए ना वी पातशाह इदां दर्शन हो जांदे ने कि कोई आवे इत्थे आके 50-100 दा नोट रखे, मत्था टेके, प्रसाद लवे ते घर नूं चल जावे, कि तुसीं कहिंदे हो वी इह दर्शन हुंदे ने? गुरु साहिब कहिंदे नहीं, इह दर्शन नहीं, इदां दे दर्शन ते सारे करी जांदे ने, कोई बहुती वड्डी गल नहीं है। इन्हां केवल अखां दे नाल वेख लेना बाहरले तौर दे उत्ते, ये कोई बहुत ही वड्डी गल नहीं है। मैं नहीं कह रहा, गुरु अमरदास जी का वाक है, पातशाह कहिंदे ने सतगुर नौ सब को वेखदा, सारे वेखी जांदे बाहरले तौर दे उत्ते, ते लफ्ज़ वेखो किड्डा प्यारा वरतिया, सतगुर नौ सब को वेखदा जेता, पढ़ियो जरा बहुते नूं चेते होना, जेता जगत संसार, सारे का सारा जगत, सारे का सारा संसार ही वेखी जांदा बाहरले तौर दे उत्ते। पर पातशाह बाहरले तौर दे उत्ते वेखण दे नाल गल बन जाएगी, जिंदगी च तब्दीली आ जाएगी। गुरु साहब ने अगे जवाब दिता, सतगुर नौ सब को वेखदा जेता जगत संसार डिठै, केवल बाहरले तौर ते वेखण दे नाल, इन्हां अखां दे नाल वेखण दे नाल डिठै, मुक्त ना हो गई। कहिंदे केवल बाहरले तौर दे उत्ते मैं इन्हां अखां नाल गुरु साहिब नूं वेख रहा, पर इहदे नाल गल कोई नहीं बननी, इहदे नाल मैं विकारां तों मैं मुक्त नहीं हो सकदा, काम क्रोध लोभ मोह हंकार तों मैं मुक्त नहीं हो सकदा। जे इन्हां विकारां तों मुक्ति पाउणी है ते उहदे वास्ते इक कम करना पएगा, उह कम की है? डिठै मुक्त ना होवई जिचर शब्द ना करें विचार। जदों तक गुरु दे शब्द दी विचार वाले पासे नूं नहीं तुरदे तद तक काम क्रोध लोभ मोह हंकार दे कोलों मुक्ति नहीं होनी। ये विकार जिहड़ा मैनूं तंग करदे ने इन्हां तों बचिया नहीं जाणा, इह तां जदों खुद बाणी नूं पढ़िया जाएगा, बाणी नूं विचारिया जाएगा, बाणी नूं समझण दा यतन कीता जाएगा, फिर गुरु साहब सानू अखां दिंदे ने। असल दे विच आ दो अखां दा मिल जाना, अखां मिल जाना नहीं हैगा, बाहरले तौर दे उत्ते शरीर दियां दो अखां मिल जाणियां बहुत लोकां कोल हैगियां ने, पर की जिन्हां दे कोल हैगियां ने उहनां ने रब नाल सांझ पा ली? सच करके जाणियो भगत सूरदास जी दे कोल ये दो अखां नहीं हैगियां, पर सांझ रब नाल पै गई है।
जिन्हां दी सांझ रब नाल पई है उन्हां दी बाणी गुरु ग्रंथ साहिब च दर्ज है ना। बाहरलियां दो अखां नहीं हैगियां पर फिर भी वास्ते लफ्ज़ नहीं वरत सकते, अन्ना लफ्ज़ उन्हां वास्ते नहीं वरत्या जा सकता। वह सुजाखे ने, सुजाखे पता क्यों ने, कारण की है उहदे पिछे? सुजाखे इस करके ने कि जिहड़ियां अखां गुरु दिंदा है ना वह अखां भगत सूरदास जी ने लै लईआं सी। वह अखां पता किहड़ियां ने? ज्ञान दीआं अखां। किहड़ियां ने अखां जी? ज्ञान दीआं अखां, चंगे गुणां वालीआं अखां, सत संतोख दया धर्म धीरज दीआं अखां। कहण दा भाव है अपनी सुरत दे विच उन्होंने ज्ञान नूं वसा लिया, सच नूं वसा लिया, दया नूं वसा लिया, धर्म नूं वसा लिया, अपनी सुरत नूं उन्होंने उच्चा चुक लिया सीगा। उन्होंने कोल अखां हैगियां सी असल दे विच। माफ करियो मेरे वर्गा बंदा जिहड़ा दावे करदा फिरदा ना मेरे कोल दो अखां हैगियां ने। गुरु साहब की बाणी के अकॉर्डिंग वेखिए तां गुरु साहब कहिंदे वी अन्ना ही है तू, अन्ना ही है, नहीं हैगियां तेरे कोल अखां। क्यों? क्योंकि हजे तक तेरे कोल सच का ज्ञान नहीं है, तेरे कोल सत संतोख दया धर्म धीरज नहीं है। तू तो अन्नियां दे विच ही गिणिया जा रहा है अजे तक।